हर एक जफे का मैं 100 देवगा। साडा वीर राजू काली यूएसए वाला विशेष तौर पर पुजा हुआ है, नाल ही धन्यवाद है साडे मनजीत सिंह जी गिल गिल प्रॉपर्टी डीलर वाले, वड्डी सेवावां देंदे ने सानू आए साल, विशेष तौर पर पुजे हुए ने जी आए आखते हैं। लो इधर बने अगली कबड्डी नौजवान भलूर पिंड के कीपे की है, एक सत्तो वाली प्रसिद्ध है, एक सुरखपुरी आ कहते बद्री के कीपे दल, पर मुकंदपुरी है दनारी कहते भी दुनिया का बेहतरीन जाफी है। नौजवान इस समय लाऊदा जफा खेर मैदान के अंदर कि ना कुलदीप पिंड बद्री खुरदवी हाथ लागे जाफिया पटिए बुरदवी, लोग आखते ने कौडी वाला चीता ते हवा में उड़े रहो बद्री का कीपा, पर गल इस समय भलूरीए की है। लो बबू इस समय मांगे वाली आ कबड्डी पा रहा है, खेर मैदान के अंदर चार जाफी ने ਕੀਤੇ ਸਾਰੇ ਦਾਨੀ ਸੱਜਣਾ ਦਾ ਸਮੂਚੀ ਪ੍ਰਬੰਧ ਕਮੇਟੀ ਵੱਲੋਂ ਧੰਨਵਾਦ। ਨਾਲ ਹੀ ਸਾਡੇ ਵੱਡੀਆਂ ਸੇਵਾਵਾਂ ਜਿੱਥੇ ਵੱਡੇ ਫੰਡ ਦੇ ਅੰਦਰ ਕਮੇਟੀ ਦੇ ਲਈ ਸਾਡੇ ਸਾਧੂ ਸਿੰਘ ਜੀ ਬਹੁਤ ਸਾਰਾ ਮਾਣ ਪਿਆਰ ਬੋਲਿਆ ਤੋਂ ਖੁਸ਼ ਹੋ ਕੇ ਭੇਜਦੇ ਨੇ, ਪਰ ਇਸ ਸਮੇਂ ਕਹਿੰਦੇ ਵੀ ਨੌਜਵਾਨ ਪੁਆਇੰਟ ਲੈ ਕੇ ਵਾਪਸ ਟਿੱਕਾ ਜਰਗ ਪਿੰਡ ਦਾ ਵਾਪਸ ਪਰਤਿਆ ਹੈ, ਔਰ ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ। ਲਓ ਅਗਲੀ ਕਬੱਡੀ ਯਾਦ ਕਬੱਡੀ ਕਲੱਬ ਬੈਡਮਿੰਟਨ ਦੀ ਟੀਮ ਦਾ ਹਲਕਾ ਦੀ ਟੀਮ ਦਾ ਦੇਖਦੇ ਵੀ ਇਸ ਨਾਲ ਹੀ ਕੱਲਾਂ ਵਾਲੇ ਜਿੰਨੇ ਵੀ ਜੱਫੇ ਲਾਉਣਗੇ ਵੱਡੇ ਮਾਣ ਹੋਣਗੇ, ਨਾਲ ਪੀਤੋ ਮੀਨੀਅਮ ਵਾਲੇ ਜਿੰਨੇ ਵੀ ਜੱਫੇ ਲਾਵੇਗਾ, ਸੋਨਾ ਘਾਲੀ ਜਿੰਨੇ ਵੀ ਜੱਫੇ ਲਾਵੇਗਾ, ਇਕਬਾਲ ਮੁਸਾਫਰ ਵੱਲੋਂ 100 ਰੁਪਏ ਦਾ ਵੱਡਾ ਮਾਣ ਹੋਵੇਗਾ, ਨਾਲ ਰਾਜੂ ਘਾਲੀ ਯੂਐਸਏ ਵਾਲੇ ਉਹ ਵੀ ਕੱਲਾਂ ਵਾਲੇ ਜਿੰਨੇ ਵੀ ਜੱਫੇ ਲਾਉਣਗੇ ਵੱਡੇ ਮਾਣ ਹੋਣਗੇ। ਆਪਾਂ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕਰਦੇ ਹਾਂ ਪ੍ਰਵਾਸੀ ਵੀਰਾਂ ਦੇ, ਐਨ ਆਰ ਵੀਰਾਂ ਦੇ, ਹੋਰ ਮਾਣਯੋਗ ਸਨਮਾਨਯੋਗ ਸ਼ਖੀਤਾਂ ਜਿੰਨੀਆਂ ਵੀ ਸਟੇਜ ਦੇ ਸਾਹਮਣੇ ਬੈਠੀਆਂ, ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਮੈਂ ਕਬੱਟੂ ਲਵਾ ਗੱਜਣ ਵਾਲਾ, ਨਾਲ ਹੀ ਸਾਡੇ ਗਿੱਲ ਪ੍ਰਾਪਰਟੀ ਡੀਲਰ ਵਾਲੇ ਵੀਰ ਬਹੁਤ ਸਾਰਾ ਮਾਣ ਪਿਆਰ ਭੇਜਦੇ ਨੇ ਬੋਲਾਂ ਤੋਂ ਖੁਸ਼ ਹੋ ਕੇ, ਨਾਲ ਹੀ ਜੌਲ ਸਾਹਿਬ ਜੀ ਸਾਡੇ ਧੱਲੇਕਿਆਂ ਵਾਲੇ ਹਰਨੇਕ ਸਿੰਘ ਜੀ ਯੂਕੇ ਵਾਲੇ, ਉਹਨਾਂ ਵੱਲੋਂ ਵੀ ਫਿਰ ਬੜੇ ਮਾਣ ਪਿਆਰ ਪੁੱਜੇ ਨੇ। ਔਰ ਕਹਿੰਦੇ ਵੀ 8, 9 ਤੇ 10 ਤਰੀਕ ਜਿਹੜੀ ਗੁਜਰਵਾਲ ਦੇ ਖੇਡ ਮੇਲੇ ਦੀਆਂ ਤਰੀਕਾਂ ਜਿੱਥੇ ਓਪਨ ਦੇ ਵਿੱਚ 51,000 ਤੇ 41,000 ਪ੍ਰਾਈਜ਼ ਹੈ, 70 ਕਿਲੋ ਦੇ ਵੀ ਮੁਕਾਬਲੇ ਹੋਣਗੇ। ਨਾਲ ਹੀ ਸਾਡੇ ਹਰਬੰਸ ਸਿੰਘ ਜੀ ਕੋਚ ਸਾਹਿਬ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ, ਵੱਡੀ ਦੇਣ ਹੈ ਇਸ ਇਲਾਕੇ ਨੂੰ ਤੇ ਕਬੱਡੀ ਨੂੰ ਸਾਡੇ ਹਰਬੰਸ ਸਿੰਘ ਜੀ ਕੋਚ ਸਾਹਿਬ। ਪਰ ਇਸ ਸਮੇਂ ਵੇਖਦੇ ਵੀ ਨੌਜਵਾਨ ਸੇਵਕ ਭਾਣੇ ਪਿੰਡ ਦਾ ਖੇਡ ਮੈਦਾਨ ਦੇ ਅੰਦਰ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਕਿ ਗਿੱਧੇ ਵਿੱਚ ਪੈਂਦੀ ਹੈ ਛਣਕਾਰ ਜਿਵੇਂ ਵੀ ਵੰਗਾਂ ਦੀ, ਖੇਡ ਕਬੱਡੀ ਖੇਡ ਹੈ ਯਾਰੋ, ਇਹ ਤਾਂ ਮਸਤ ਮਲੰਗਾਂ ਦੀ, ਕਿਸੇ ਨੂੰ ਮਿਲਦੀ ਬੁਲਟ ਸਫਾਰੀ, ਘੋੜਾ ਕਿਧਰੇ ਚਾਬੀ ਗੱਡੀ ਦੀ, ਤੇ ਗੱਜਣ ਵਾਲੇ ਦਾ ਦਿਲਬਾਗ ਕਰੇ ਅੱਜ ਸਿਫਤ ਕਬੱਡੀ ਦੀ, ਕਿ ਗੱਜਣ ਵਾਲੇ ਦਾ ਦਿਲਬਾਗ ਕਰੂ ਅੱਜ ਸਿਫਤ ਕਬੱਡੀ ਦੀ। ਜੀਤਾ ਚੰਡੀ ਪਿੰਡ ਦਾ, ਪਰ ਇਸ ਸਮੇਂ ਦੇਖਦੇ ਵੀ ਪੁਆਇੰਟ ਭਾਣੇ ਪਿੰਡ ਦੇ ਸੇਵਕ ਸਿੰਘ ਦਾ ਹੈ, ਔਰ ਧੰਨ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਹੈ ਮਾਸਟਰ ਗੁਰਮੇਲ ਸਿੰਘ ਜੀ, ਡਰੋਲੀ ਪਾਈ ਵੱਡੀਆਂ ਜ਼ਿੰਮੇਵਾਰੀਆਂ ਨੇ, ਲੰਮੇ ਸਮੇਂ ਤੋਂ ਇਹਨਾਂ ਖੇਡ ਮੈਦਾਨਾਂ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨੇ। ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡੇ ਮਾਸਟਰ ਗੁਰਮੇਲ ਸਿੰਘ ਜੀ ਦਾ। ਪਰ ਇਸ ਸਮੇਂ ਰਿੰਕੂ ਧਨਾਸ ਪਿੰਡ ਦਾ, ਕੱਲਾਂ ਵਾਲੇ ਜਿੰਨੇ ਵੀ ਜਾਫੀ ਜੱਫੇ ਲਾਉਣਗੇ ਵੱਡਾ ਮਾਣ ਦਿੱਤਾ ਜਾਵੇਗਾ। ਵਾਹ ਮੰਗਲ ਕਾਲੀ ਖੇਡ ਮੈਦਾਨ ਵਿੱਚ ਜੱਫਾ ਲਾਉਣ। ਲਓ ਨਾਲ ਹੀ ਸਾਡੇ ਕਾਕਾ ਮਲੀ ਜੀ ਤੇ ਮਿੰਟੂ ਮਲੀ ਜੀ ਬਹੁਤ ਸਾਰਾ ਮਾਣ ਪਿਆਰ ਆਪਣੇ ਛੋਟੇ ਵੀਰ ਦੇ ਬੋਲਾਂ ਤੋਂ ਖੁਸ਼ ਹੋ ਕੇ ਭੇਜਦੇ ਨੇ, ਔਰ ਸਾਡਾ ਵੀਰ ਮਿੰਟੂ ਮਲੀ ਸਾਡਾ ਵੀਰ ਪੰਜਾਬ ਲਾਈਵ1.com ਦੇ ਜ਼ਰੀਏ ਇਹਨਾਂ ਮੈਚਾਂ ਨੂੰ ਦੇਖ ਰਿਹਾ, ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਔਰ ਨਾਲ ਹੀ ਇਧਰ ਬਣੇ ਵੇਖਦੇ ਵੀ ਮਾੜੀ ਵਾਲਾ ਸਿਕੰਦਰ ਹੈ, ਔਰ ਕੱਲਾਂ ਵਾਲੇ ਜਿੰਨੇ ਵੀ ਲੱਖਾਂ ਜੱਫੇ ਲਾਵੇਗਾ, ਸੋਨਾ ਜਿੰਨੇ ਜੱਫੇ ਲਾਵੇਗਾ ਸਾਡਾ ਵੀਰ ਜਿੰਦਾ ਕੈਨੇਡਾ ਕਹਿੰਦਾ ਵੀ ਹਰ ਇੱਕ ਜੱਫੇ ਤੇ 100 ਹੋਵੇਗਾ। ਲੋ ਇਸ ਸਮੇਂ ਪੈਂਦੀ ਹੋਈ ਕਬੱਡੀ ਹੈ, ਇਧਰਲੇ ਬਣੇ ਵੇਖਦੇ ਵੀ ਨੌਜਵਾਨ ਜਾਫੀ ਦੇਖਦੇ, ਮੌਜਪੁਰੀ ਆ ਖੇਡ ਮੈਦਾਨ ਦੇ ਅੰਦਰ ਲਾਉਂਦਾ ਜੱਫਾ, ਦੇਖਦੇ ਵੀ ਕੀ ਬਣਦਾ ਕੀ ਜੁੜਦਾ, ਗੱਭਰੂ ਰਹਿੰਦਾ ਜਾਂ ਫਿਰ ਮੁੜਦਾ। ਵਾਹ ਮਾੜੀ ਵਾਲਾ ਸਿਕੰਦਰ ਹੈ, ਉੱਧਰ ਹੀਰਾ ਕਲੀ ਵਾਲਾ ਵੀ ਨੌਜਵਾਨ ਨੱਚਦਾ ਹੈ। ਹੈਲੋ ਲੱਖਾ ਕਾਲੀ ਜਿੰਨੇ ਵੀ ਜੱਫੇ ਲਾਵੇਗਾ, ਸੋਨ ਹਾਂਗਕਾਂਗ ਗੈਂਸਾ ਪੱਪੂ ਤਾਂਗਿਆਣਾ 200 ਰੁਪਏ ਦਾ ਵੱਡਾ ਮਾਣ ਹੋਵੇਗਾ ਲੱਖਾ ਕਾਲੀ ਜਿੰਨੇ ਵੀ ਜੱਫੇ ਲਾਵੇਗਾ। ਲਓ ਚਾਰ ਜਾਫੀਆਂ ਦੇ ਲਈ ਵੱਡੇ ਮਾਣ ਹੋਣਗੇ, ਇਕਬਾਲ ਸਿੰਘ ਜੀ ਮੁਸਾਫਰ ਰਾਜੂ ਯੂਐਸਏ ਵਾਲਾ ਵੱਡਾ ਮਾਣ ਦੇਵੇਗਾ ਜਾਫੀਆਂ ਦੇ ਲਈ। ਧੰਨਵਾਦ ਕਰਦੇ ਹਾਂ ਸਾਰੇ ਦਾਨੀ ਸੱਜਣਾਂ ਦੇ, ਮੈਂ ਕਬੱਟੂ ਤਲਵਾਰ ਗੱਜਣ ਵਾਲਾ। ਲਓ ਇਸ ਸਮੇਂ ਦੇਖਦੇ ਵੀ ਨੌਜਵਾਨ ਡੀਪੀ ਹੈ ਮੇਹਰ ਸਿੰਘ ਵਾਲਾ ਪਿੰਡ ਹੈ ਜਿਹੜੇ ਫਿਰੋਜ਼ਪੁਰ ਦਾ, ਕਹਿੰਦੇ ਵੀ ਕੈਨੇਡਾ ਦੀ ਅਲਬਰਟਾ ਸਟੇਟ ਦੇ, ਕਹਿੰਦੇ ਵੀ ਕੈਲਗਰੀ ਸ਼ਹਿਰ ਦੇ ਵਿੱਚ ਟੈਂਪਲ ਦੀ ਟੀਮ ਦੇ ਲਈ ਖੇਡਿਆ, ਔਰ ਇਸ ਸਮੇਂ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਿਆ। ਪਰ ਇਸ ਸਮੇਂ ਗੱਲ ਵੇਖਦੇ ਵੀ ਭਲੂਰ ਪਿੰਡ ਦਾ ਕੀਪਾ, ਕਹਿੰਦੇ ਵੀ ਭਲੂਰ ਵਾਲੇ ਮੇਜਰ ਹੋਣਾ ਦੀ ਟੀਮ ਦੇ ਲਈ, ਨੌਜਵਾਨ ਕਹਿੰਦੇ ਵੀ ਲੰਡੇਕਿਆਂ ਵਾਲੇ ਕਰਮਪਾਲ ਹੋਣਾ ਦੀ ਟੀਮ ਦੇ ਲਈ, ਨੌਜਵਾਨ ਕਹਿੰਦੇ ਛੋਟੇ ਵੇਟ ਦੇ ਵਿੱਚ 75 ਕਿਲੋ ਵੇਟ ਦੇ ਵਿੱਚ ਕੈਨੇਡਾ ਖੇਡਣ ਵਾਲਾ ਖਿਡਾਰੀ ਇਸ ਸਮੇਂ ਕਬੱਡੀ ਪਾ ਰਿਹਾ। ਔਰ ਦੂਸਰੇ ਪਾਸੇ ਦੇਖਦੇ ਵੀ ਇਹ ਨੌਜਵਾਨ ਕਹਿੰਦੇ ਵੀ ਜੰਡੀ ਪਿੰਡ ਦਾ ਜੀਤਾ ਹੈ, ਜਿੱਥੋਂ ਦੇ ਕਹਿੰਦੇ ਵੀ ਗਿਆਨੀ ਵਰਗੇ ਕਾਲੇ ਵਰਗੇ ਆਪਣੇ ਸਮੇਂ ਦੇ ਪ੍ਰਸਿੱਧ ਖਿਡਾਰੀ ਨੇ, ਇਹ ਵੀ ਨੌਜਵਾਨ ਕਹਿੰਦੇ ਦੁਨੀਆਂ ਦੇ ਕਹਿੰਦੇ ਕਹਾਉਂਦੇ
ਭਾਵੀਆਂ ਨੂੰ ਡੱਕਣ ਵਾਲਾ ਨੌਜਵਾਨ ਜਾਫੀ ਏ ਤੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਉੱਗੇ ਗੀਤਕਾਰ ਕਮੈਂਟੇਟਰ ਮੱਖਣ ਆਪਾਂ ਧੰਨਵਾਦ ਕਰਦੇ ਉਹਨਾਂ ਦੇ ਨਾਲ ਪ੍ਰਸਿੱਧ ਕਬੱਡੀ ਕਮੈਂਟੇਟਰ ਸਤਨਾਮ ਖਾਰਾ ਜੀ ਆਪਾਂ ਧੰਨਵਾਦ ਕਰਦੇ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਨਾਲ ਸਾਡੇ ਮੱਖਣ ਬਰਾੜ ਜੀ ਵੈਲਕਮ ਜੀ ਹੋਇਆ ਨਾਲ ਹੀ ਸਾਡੇ ਕਾਕਾ ਮੱਲੀ ਜੀ ਔਰ ਸਾਡੇ ਵੀਰ ਮਿੰਟੂ ਮੱਲੀ ਜੀ ਇਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਕਹਿੰਦੇ ਵੀ ਆਪਣੇ ਸਮੇਂ ਦੇ ਕਬੱਡੀ ਖਿਡਾਰੀ ਲਕਸ਼ਮਣ ਘਾਲੀ ਦਾ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਕੀਤਾ ਜਾਣਾ ਹੈ ਔਰ ਨਾਲ ਹੀ ਆਰਥਿਕ ਸਹਾਇਤਾ ਜਿਹੜੀ ਵਿਸ਼ੇਸ਼ ਤੌਰ ਤੇ ਮਦਦ ਕੀਤੀ ਜਾਵੇਗੀ ਨਾਲ ਸਾਡੇ ਜੌਂਡੀਆ ਟਰੈਕਟਰ ਵਾਲੇ 2100 ਰੁਪਏ ਦੀ ਵੱਡੀ ਸਹਾਇਤਾ ਦਿੰਦੇ ਆਪਾਂ ਧੰਨਵਾਦ ਕਰਾਂਗੇ ਜੌਂਡੀਆ ਟਰੈਕਟਰ ਵਾਲਿਆਂ ਦੇ ਸਾਰੇ ਪ੍ਰਬੰਧਕ ਵੀਰਾਂ ਦੇ ਹੈਲੋ ਹਾਂਜੀ ਸ਼ਿੰਦਰਪਾਲ ਫੌਜੀ ਸਦੇਵਪਤੀ ਵਾਲੇ ਤਾਂ ਵਾਲੀ ਸਟੇਜ ਤੇ ਆਏ ਦਿਲਬਾਗ ਸਿੰਘ ਅਗਲੀ ਅਕੈਡਮੀ ਵੀ ਬੋਲਦੇ ਹਾਂਜੀ ਇਸ ਤੋਂ ਅਗਲੇ ਮੈਚਾਂ ਦੇ ਲਈ ਡੀਏਵੀ ਕਾਲਜ ਬਠਿੰਡਾ ਤੇ ਸ਼ੰਕਰਾਪੁਰੀ ਕਬੱਡੀ ਅਕੈਡਮੀ ਸਾਧੂਵਾਲਾ ਦੀਆਂ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਲਾਗੇ ਪੁੱਜ ਜਾਣ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਮੀਤ ਸਿੰਘ ਜੀ ਮੰਡਵਾਲਾ ਹਰਜੀਤ ਕਲੱਬ ਕੈਨੇਡਾ ਉਹਨਾਂ ਦੇ ਅਹੁਦੇਦਾਰ ਪੁੱਜੇ ਆਪਾਂ ਧੰਨਵਾਦ ਕਰਦੇ ਗੁਰਮੀਤ ਸਿੰਘ ਮੰਡਵਾਲਾ ਕਿ ਵੀਜੇ ਦੀ ਨਾ ਲੋੜ ਪਵੇ ਕਿਸੇ ਇਨਸਾਨ ਨੂੰ ਮੱਖਣ ਬਰਾੜ ਲੋਚੇ ਪੰਜਾ ਸਾਹਿਬ ਜਾਣ ਨੂੰ ਵਸਦਾ ਕੈਨੇਡਾ ਪਿੰਡ ਮੱਲ ਕੇ ਭੌਰ ਦਾ ਕਰੀ ਕਦੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਜਾਂ ਫਿਰ ਆਪਣੇ ਪੰਜਾਬ ਦੀ ਗੱਲ ਹੈ ਜਾਂ ਫਿਰ ਦੇਖਦੇ ਵੀ ਕਿ ਤੂੰ ਤਾਂ ਬਿਲਕੁਲ ਸਾਡੇ ਨਾਲ ਉਸੇ ਹੀ ਹਿਸਾਬ ਨਾਲ ਕੀਤੀ ਨੀ ਜਿਵੇਂ ਹੁਣ ਤੱਕ ਦਿੱਲੀ ਨੇ ਪੰਜਾਬ ਨਾਲ ਕੀਤੀ ਇਹਨਾਂ ਗੀਤਾਂ ਦਾ ਰਚੇਤਾ ਮਹਾਨ ਲੇਖਕ ਮੱਖਣ ਬਰਾੜ ਜੀ ਮਲਕਿਆਂ ਵਾਲੇ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ ਜੀ ਇਹ ਆਖਿਆ ਜਾਂਦਾ ਸਮੁੱਚੀ ਸਪੋਰਟਸ ਕਲੱਬ ਵੱਲੋਂ ਟੂਰਨਾਮੈਂਟ ਕਮੇਟੀ ਦੀ ਤਰਫੋਂ ਮੱਖਣ ਬਰਾੜ ਜੀ ਮੱਲ ਕੇ ਪਿੰਡ ਹੈ ਜਿਹੜੇ ਮੋਗੇ ਦਾ ਨਾਮ ਪੂਰੀ ਦੁਨੀਆ ਭਰ ਵਿੱਚ ਪ੍ਰਸਿੱਧ ਕੀਤਾ ਹੈ ਇੱਕ ਵਾਰੀ ਜ਼ੋਰਦਾਰ ਤਾਲੀਆਂ ਮੱਖਣ ਬਰਾੜ ਜੀ ਮਲਕਿਆਂ ਦੇ ਨਾਂ ਤੇ ਜੀ ਮੱਖਣ ਬਰਾੜ ਜੀ ਮੱਲ ਕੇ ਵਿਸ਼ੇਸ਼ ਤੌਰ ਤੇ ਪੁੱਜੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਮੱਖਣ ਬਰਾੜ ਜੀ ਮਲਕਿਆਂ ਵਾਲੇ ਵਿਸ਼ੇਸ਼ ਤੌਰ ਤੇ ਪੁੱਜੇ ਆ ਕਲਮ ਦੇ ਧਣੀ ਆਪਾਂ ਧੰਨਵਾਦ ਕਰਦੇ ਹਾਂ ਵੈਲਕਮ ਮੱਲੀ ਜੀ ਤੇ ਮਿੰਟੂ ਮੱਲੀ ਜੀ 100 ਰੁਪਏ ਕੱਲਾਂ ਵਾਲੇ ਸੋਨੇ ਦੇ ਲਈ ਪਹੁੰਚਦਾ ਕਰਦੇ ਨੇ ਨਾਲ ਇੱਕ ਵਾਰੀ ਫਿਰ ਤੋਂ ਅਸੀਂ ਜੀ ਆਏ ਆਖਦੇ ਮੱਖਣ ਬਰਾੜ ਜੀ ਮਲਕਿਆਂ ਵਾਲੇ ਔਰ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਹੈ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਣ ਦੇ ਲਈ ਨਾਲ ਹੀ ਹਰਜੰਟ ਸਿੰਘ ਜੀ ਬਰਾੜ ਚੋਟੀਆਂ ਵਾਲੇ ਉਹਨਾਂ ਵੱਲੋਂ ਵੀ ਵੱਡੇ ਮਾਣ ਪਹੁੰਚੇ ਨੇ ਲਓ ਅਗਲੀ ਕਬੱਡੀ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਨੌਜਵਾਨ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਅੰਦਰ ਵਧਿਆ ਹੋਇਆ ਦੇਖਦੇ ਵੀ ਨੌਜਵਾਨ ਕਰਪਾ ਲੋਹਾਂ ਪਿੰਡ ਦਾ ਚੰਡੀਵਾਲਾ ਜੀਤਾ
टीम मेंबर जा वन यार उते हेलो आ सामने भी बहुत साथी देखो जाल ना किवें उलरे खड़े आ सो कृपा करके तुसी खड़ जाओ पर जाल नु ना तको जी जाल जी मंडवाला खेड प्रमोटर हरजीत कैलगरी क्लब दे प्रमोटर ने ओही पहुंचे ने सो उन्हां दे विच इत्थे पहुंचण ते गुरमीत सिंह मंडवाला दा बहुत बहुत धन्नवाद जी आ रोशन ठीक करी भी साउंड अपना खेड मैदान दे विच पानी पुजदा कर दिता जाए बहुत ही वधिया जिहड़ा मैच जिहड़ा तुसीं हुण खेड मैदान दे विच तकड़ जा रहे हो एक पासे डीएवी क्लब बठिंडे दी टीम हाँ जी रघुवीर सिंह जी सम्मानित करो अमरदीप सिंह होणा नूं नाले कृपेश सिंह होणा नूं हेलो हाँ जी आ थले साउंड जावे तारा जोड़ी जांदे आ जी भाई बड़ी मेहरबानी करके तारा ना जोड़ो जी दर्शक वीरो देखो जे स्पीकर डेड हो गया आ जिहड़ा लखां रुपया ही खर्च करने आ ਇਹ ਸਾਰੇ ਹੀ ਆਪਣੇ ਖੂਹ 'ਚ ਪੈ ਜਾਣੇ ਕੋਈ ਆਪਾਂ ਨੂੰ ਆਨੰਦ ਨਹੀਂ ਇਸ ਟੂਰਨਾਮੈਂਟ ਦਾ ਆਵੇਗਾ ਸੋ ਕਿਰਪਾ ਕਰੋ ਇਸ ਤਰ੍ਹਾਂ ਦੀ ਕੋਈ ਸ਼ਰਾਰਤ ਕਰਨ ਦਾ ਕੋਈ ਤਹਈਆ ਨਾ ਕਰੇ ਲਓ ਵੀਰ ਵੀਰੋ ਖੇਡ ਮੈਦਾਨ ਦੇ ਵਿੱਚ ਪਹਿਲੀ ਪਾਈ ਹੋਈ ਕਬੱਡੀ ਕਿਪਾ ਖੜਾ ਵੀ ਸਾਧੂ ਵਾਲਾ ਅਕੈਡਮੀ ਦੀ ਟੀਮ ਜਿਹੜੀ ਆਪਾਂ ਫਿਰੋਜ਼ਪੁਰ ਦੀ ਟੀਮ ਦੇਖ ਰਹੇ ਹਾਂ ਬਿਲਕੁਲ ਚੜ੍ਹਦੇ ਵਾਲੇ ਪਾਸੇ ਹੈ ਲਹਿੰਦੇ ਵਾਲੇ ਪਾਸੇ ਡੀਏਵੀ ਕਲੱਬ ਬਠਿੰਡਾ ਮਦਨ ਲਾਲ ਜੀ ਡਿਡਵਿੰਡੀ ਉਹਨਾਂ ਦੀ ਟੀਮ ਭੀਮ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪਹਿਲੀ ਕਬੱਡੀ ਪਾਉਣ ਦੇ ਲਈ ਕਰ ਯਾਦਗੁਰਾਂ ਨੂੰ ਨੌਜਵਾਨ ਨੇ ਮੱਥਾ ਟੇਕ ਦਿੱਤਾ ਇੱਕ ਪਾਸੇ ਰਿੰਪਾ ਡਰੋਲੀ ਭਾਈ ਦਾ ਸਾਹਮਣੇ ਖੇਡ ਮੈਦਾਨ ਦੇ ਵਿੱਚ ਦੇਖਣਾ ਤੇ ਦੋ ਨੰਬਰ ਤੋਂ ਸਾਹਮਣੇ ਹਰਜਿੰਦਰ ਸਿੰਘ ਨੌਜਵਾਨ ਨੇ ਪੂਰੀ ਬੱਲੇ ਬੱਲੇ ਕਰਾ ਦਿੱਤੀ ਇੱਕ ਪਾਸੇ ਇਹ ਹਰਜਿੰਦਰ ਸਿੰਘ ਵੈਲੀ ਦਾ ਇਹ ਨੌਜਵਾਨ ਚੰਡਿਆ ਹੋਇਆ ਚੇਲਾ ਬਾਲਕਾ ਖੇਡ ਮੈਦਾਨ ਦੇ ਵਿੱਚ ਆਓ ਸਾਹਮਣੇ ਪੈਂਦੀ ਹੋਈ ਕਬੱਡੀ ਕਕਨਾ ਵੱਡੂ ਵਾਲੇ ਪਿੰਡ ਵਾਲੇ ਸਾਹਮਣੇ ਗੱਭਰੂ ਦੀ ਪਾਈ ਹੋਈ ਕਬੱਡੀ ਖੇਡਾਂ ਵਿੱਚੋਂ ਖੇਡ ਕਬੱਡੀ ਜਿੰਦ ਜਾਨ ਪੰਜਾਬੀਆਂ ਦੀ ਵਿੱਚ ਵਿਦੇਸ਼ਾਂ ਉੱਚੀ ਕਰਦੀ ਸ਼ਾਨ ਪੰਜਾਬੀਆਂ ਦੀ ਬਾਗ ਮਿਸਾਲਾਂ ਜੁੱਸੇ ਜਗਦੇ ਨੇ ਭਲਵਾਨਾਂ ਦੇ ਪਰਖੇ ਜਾਂਦੇ ਵਿੱਚ ਮੈਦਾਨ ਦੇ ਜ਼ੋਰ ਜਵਾਨਾਂ ਦੇ ਮਿੰਟੂ ਮੱਲੀ ਜੀ ਕਾਕਾ ਮੱਲੀ ਜੀ ਜਿੰਨੇ ਰੈਂਪਾ ਡਰੋਲੀ ਭਾਈ ਵਾਲਾ ਜੱਫੇ ਲਾਉਂਦਾ ਉਹਨੇ ਹਰੇਕ ਜੱਫੇ ਤੇ 100-100 ਦੇ ਨੋਟ ਮੇਰੇ ਵੀਰੋ ਦਿੱਤੇ ਜਾ ਰਹੇ ਨੇ ਲਓ ਖੇਡ ਵਿੱਚ ਦੇਖਦੇ ਆ ਵੀ ਇਸ ਸਮੇਂ ਬਹੁਤ ਵਧੀਆ ਸੰਦੀਪ ਭੁੰਦੜ ਦਾ ਲਾਡੀ ਸ਼ਹੀਦਾਂ ਵਾਲਾ ਦੇਖਦੇ ਵੀ ਵਿਸ਼ੇ ਤੌਰ ਤੇ ਜੱਸੇ ਉਹਨੇ ਪੁੱਜੇ ਹੋਏ ਨੇ ਜਿਹੜੇ ਗੁੱਟ ਦੇ ਫੜਾਕਾਂ ਦੇ ਵਿੱਚ ਮਸ਼ਹੂਰ ਨੇ ਕਬੱਡੀ ਦੇ ਖਿਡਾਰੀ ਲਓ ਸਾਹਮਣੇ ਕਾਲਾ ਕੱਛਾ ਪਾਇਆ ਹੋਇਆ ਔਰ ਸਾਹਮਣੇ ਖੇਡ ਮੈਦਾਨ ਦੇ ਵਿੱਚ ਸੀਰਾ ਡਰੋਲੀ ਭਾਈ ਵਾਲਾ ਜਿੰਨੇ ਵੀ ਜੱਫੇ ਲਾਵੇਗਾ ਕੁੱਕੀ ਕੈਨੇਡਾ ਵੱਲੋਂ ਹਰੇਕ ਪੁਆਇੰਟ ਤੇ 100 ਰੁਪਏ ਦਾ ਮਾਨ ਹਾਂਜੀ ਸੰਦਰ ਜੀ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਪਾਈ ਹੋਈ ਕਬੱਡੀ ਤੇ ਲੱਗਦਾ ਹੋਇਆ ਜੱਫਾ ਪਾਲਾ ਰਾਜਿਆਂ ਨੇ ਪਿੰਡ ਦਾ ਮੇਰੇ ਵੀਰੋ ਬਾਪੂ ਗੁਰਦਿਆਲ ਸਿੰਘ ਦਾ ਪਿੰਡ ਹੈ ਰਾਜਿਆਣਾ ਲਓ ਖੇਡ ਮੈਦਾਨ ਦੇ ਵਿੱਚ ਲੱਗ ਗਿਆ ਜੱਫਾ ਧਾਵੀ ਗਿਆ ਡੱਕਿਆ ਚੜ ਗਿਆ ਨਸ਼ਾ ਜਿੰਨਾ ਸਾਰਾ ਕੁਝ ਤੱਕਿਆ ਹਾਂਜੀ ਕੋਚ ਸਾਹਿਬ ਮਮਨਾ ਜਿੰਨੇ ਵੀ ਪੁਆਇੰਟ ਲਵੇਗਾ ਕੁੱਕੀ ਕੈਨੇਡਾ ਵੱਲੋਂ ਹਰੇਕ ਪੁਆਇੰਟ ਦਾ 100 ਰੁਪਇਆ ਡਰੋਲੀ ਭਾਈ ਵਾਲਾ ਮਮਨਾ ਜਿੰਨੇ ਵੀ ਪੁਆਇੰਟ ਲੈਂਦਾ ਹੈ ਹਰੇਕ ਪੁਆਇੰਟ ਦਾ 100 ਕੁੱਕੀ ਕੈਨੇਡਾ ਧੰਨਵਾਦ ਜੀ ਨਾਲ ਸਾਡੇ ਵੀਰ ਹਰਜਿੰਦਰ ਜਿੰਦਿਓੜੀ ਕਹਿੰਦੇ ਨੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਰਿੰਪਾ ਜਿੰਨੇ ਜੱਫੇ ਲਾਉਂਦਾ 1000 ਰੁਪਇਆ ਇਸ ਰਿੰਪੇ ਦੇ ਲਈ ਮਾਣ ਸਨਮਾਨ ਹੋਵੇਗਾ 100 ਰੁਪਇਆ ਪਾਲੇ ਤੇਰੇ ਲਈ ਸਾਡੇ ਬੱਲੀ ਪਰਿਵਾਰ ਨੇ ਭੇਜਿਆ ਸੱਚੇ ਪਾਤਸ਼ਾਹ ਮਿਹਰ ਕਰੇ ਲਓ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਦੇਖਦੇ ਆ ਵੀ ਸ਼ੀਰਾ ਵਾਲੀਆਂ ਵਾਲਾ ਸਾਹਮਣੇ ਖੇਡ ਮੈਦਾਨ ਦੇ ਵਿੱਚ ਪਾਈ ਹੋਈ ਕਬੱਡੀ 4 ਜਾਫੀ ਇੱਕ ਕੰਨੀ ਤੇ ਧੀਰਾ ਮੇਰੇ ਵੀਰੋ ਰਿੰਪਾ ਡਰੋਲੀ ਵਾਲਾ ਨਿੱਕਾ ਮੋਰ ਨੇ ਲੱਖਾ ਮੇਰ ਸਿੰਘ ਵਾਲੇ ਦਾ 4 ਜਾਫੀਆਂ ਦੇ ਵਿੱਚੋਂ ਦੇਖਣਾ ਹੁਣ ਕਿਹੜਾ ਇਸ਼ਨੀ ਮਾਦਾ ਸ਼ੇਰ ਪੁੱਤ ਲਓ ਲੱਖਾ ਮੇਰੇ ਵੀਰੋ ਸਾਹਮਣੇ ਖੇਡ ਮੈਦਾਨ ਦੇ ਵਿੱਚ ਜ਼ੋਰ ਤੇ ਜਵਾਨੀ ਯਾਰ ਉਮਰਾਂ ਦੀ ਖੇਡ ਇਹਦੇ ਵਿੱਚ ਹੁੰਦੇ ਕਹਿੰਦੇ ਸਾਨਾਂ ਵਾਲੇ ਭੇੜ ਜ਼ੋਰ ਤੇ ਜਵਾਨੀ ਯਾਰ ਉਮਰਾਂ ਦੀ ਖੇਡ ਲਓ ਮਹਾਉਣ ਦੀ ਧਰਤੀ ਦਾ ਹਰਜਿੰਦਰ ਸਿੰਘ ਖੰਨੇ ਦੇ ਲਾਗੇ ਵਸਿਆ ਪਿੰਡ ਹੈ ਇਸ ਨੌਜਵਾਨ ਦਾ ਲਓ ਭਲਵਾਨ ਨੇ ਕਬੱਡੀ ਪਾ ਦਿੱਤੀ ਹੈ
रोशन नूं बेनती है भी साउंड जिहड़ा सेट कर देवे मेरा वीर हल्का जिहा टच संदीप दे नाल आ के वापस जांदा होया। हां जी मास्टर जी सिरे दे लई जीता ब्राड भाई पत्ती वाला हरेक पॉइंट ते 100 रुपया होवेगा सिरा ट्रोली वाला जिन्ने भी जाफी जफे लावेगा हरेक पॉइंट ते 100 निक्के मोरनी दे लई भी हरेक पॉइंट दा 100 रुपया होवेगा राणे लंडे के वल्लों बहुत धन्यवाद जी रिंपा ड्रोली भाई वाला जिन्ने जफे लावेगा किरण पधेर आस्ट्रेलिया सोसन वाला हरेक पॉइंट ते 100 रुपए दा मान होवेगा रिंपे ट्रोली लई किरण पधेर जी सोसन वाले रिंपा तेरे लिए ऑफर है नाल गब अपने गगन दे लई साधु सिंह जी ब्राड साहब का फैसला खेड मैदान दे विच संत बाबा ईश्वर सिंह जी अकैडमी राणा साहब मालवा कला मोगा अगले मैच दे लई तैयारी खिंच लैण आपो अपने लो सामने गगन की डोली भाई वाले की पाई हुई कबड्डी जिथों के नीने नू पूरी प्रसिद्धि मिली है कबड्डी के खेत्र दे विच केवल संघे का पिंड अज बड़ा मान दिता जा रहा खेड मैदान दे विच लो सामने जस्सा मेरे वीरो कोट फते की धरती का खेड मैदान दे विच ला सोना जफा दूसरे पासे समा बीत चुकिया कि आउंदा है स्वाद पंजाबियों नू कौड़ी देख के। हेलो राणा लंडे क्या वाला कहिंदा भी गोपी ते निक्का मोरनी लंडे क्या वाले दोहों खिडारी जिन्हें भी पॉइंट लैणगे हरेक पॉइंट ते 100 रुपया होवेगा ये सारे दानी वीरां दा स्पोर्ट्स क्लब वालों बहुत बहुत धन्यवाद जी। लो सामने भीम फिरोजपुरिया नौजवान तख्तूपुरा पिंड है इस नौजवान का खेड मैदान दे विच पाउंदा होया कबड्डी और दूसरे पासे मेरे वीरो बिल्कुल फैसला कर दिओ साडे ऑफिशियल साहबान और पॉइंट भीम दे हिस्से दे विच लो ममना ड्रोली भाई वाला खेड मैदान दे विच पाउंदा होया कबड्डी लड़ लग के गुरु दे दाप विच सिखणे पैंदे ने रहना पैंदा है उहनां असूलां ते जेड़े कोच है कहंदे ने जरूरी है खिडारी दे लई निम्रता ते प्यार मित्रो इन्ना बनना नहीं सौखा हुंदा कबड्डी दा स्टार मित्रो। हेलो जेकर ड्रोली भाई वाला रिंपा जाफा लाउंदा तां किरण पंधेर आस्ट्रेलिया सोसन वाला 100 रुपए दा स्पैशल नाम देवेगा 1000 रुपया साडे वीर जिंदे वल्लों होवेगा रिंपा 1100 रुपया आ नौजवान दे जफे ते लग्या होया खेड मैदान दे विच शीरा कोई गल नहीं जोर दी गल आ तकनीक दी खेड है। हैप्पी ब्राड जी साडे कनेडा वाले सरपंच गुरवीर सिंह जी चंद्रमा केवल संगा जी वड्डे माण भेजदे ने पंजाबी मां बोलां तो खुश होके लाओ सामने खेड मैदान दे विच ककरे दी पाई होई कबड्डी चार जाफियां दे विचों जस्सिया जां कीपे नूं कह लाओ सामने मूहरे अड़के हौसला करके पुत्रिया साण सिंघां तो फड़ के जफा ला ही जांदे ने चंगे कोच सियाणे मापे जीन दा टंग सिखा ही जांदे ने मास्टर गुरमेल सिंह जी उहनां दी सारी टीम पूरी खुश है हजारां दी तादाद दे विच दर्शक वीर अज दे 40वें कबड्डी कप दा लुत्फ लैंदे होए लाओ सामने खेड मैदान दे विच पैंदी होई कबड्डी जोबन शहीदां वाले दी। मान सम्मान किया जा रहा गोल्डन आर्ट स्कूल जोगेवाला उन्होंने वालों 2100 रुपये की राशि स्पोर्ट्स क्लब को आई है उन्होंने मान सम्मान दिता जा रहा। लो जी नाल दी नाल साडे दानी सजना का मान सम्मान किया जा रहा लाओ महाउण की धरती का आओ सामने मरेलकोटले का एरिया है इस नौजवान का खेड मैदान दे विच पाउंदा होया कबड्डी दूसरे पासे जस्सा मेरे वीरियो लाओ सामने उड़ गया सामने चिंबड़िया होया नौजवान गबरू ने रेल डकती अगे सिट के किकर दा मोछा मुंडिया ने रेल डकती ए आ जस्सा मेरे वीरियो दुनिया का सुपरस्टार खिडारी खेड मैदान दे विच कोट फत्ते वाला लाउंदा होया जफा ते अगली पैंदी हुई कबड्डी दविंदर भुच्चो वाला लाओ सामने खेड मैदान दे विच पाउंदा होया कबड्डी चार जाफियां दे विचों इक कहनी रिंपा ड्रोली वाला पाला राजियाणिया निक्का मोरनी लंडे कैंप वाला और सबने पॉइंट बठिंडे दे हिस्से दे विच जुड़दा होया रिंपे ड्रोली पाई लई सोहण सिंह होंगकोंग गिंसा होंगकोंग ते पप्पू होंगकोंग वाला तार लंघियाणा इन्हें सारे वीरां वालों 200 रुपया जिन्हें भी रिंपा जफे लावेगा हरेक पॉइंट ते 200 रुपया दिता जाएगा। धन्यवाद जी सुनीर भी साहब बहुत बहुत धन्यवाद साढ़े
दानी सजना दा जो समय समय सर इन्हां पंजाबियों का मान करते ने खिडारियों का मान कर रहे ने आओ विशेष तौर पर धन्यवाद करिए इस नगर का आए हुए दर्शक वीर जेडे पूरे बेसबरी दे नाल सवेर तो लैके इस कबड्डी के महाकुंभ नूं तक रहे ने हजार लोग जेडे ने इस कबड्डी नूं लाइव देख रहे ने सब का आपां धन्नवाद करांगे। लो खेड मैदान विच पहली वाटर ब्रेक हुई है अगलिया दोहे टीम जल्दी तो जल्दी तैयारी खिंच के बिल्कुल लागे पुजन साढ़े लो खेड मैदान दे विच अगले फिर खेड शुरू होने जा रही है। हेलो अमनदीप सिंह जी यूएसए गुरप्रीत सिंह जी यूएसए भरपूर बराड़ गजन वाला इन्हां सारे साथियों वालों दोहो टीम लई 100-100 रुपया स्पैशल नाम बहुत बहुत धन्यवाद जी। सुखा जुके माघू का पोता गगने के हर पॉइंट से 100 रुपए का मान बहुत बहुत धन्यवाद जी। लो खेड मैदान जस्सा बेरबिरू पॉइंट लैके वापस मुड़ता होया मोहन सिंह जी तनाशी तो विशेष तौर पर पुजे ने बड़े माण भेजते ने पंजाबी मां बोलां तो खुश होकर धन्यवाद करते नाल साडे गुरतेज सिंह जी बड़े माण गौसे होने साडे वीर गोरे होने पप्पोड़े बड़े माण। लाओ एक पासे देखना पलवान भीम की पाई हुई कबड्डी दूसरे पासे हेलो रैंपे दे लई 200 रुपया हरजंट चोटियां वालों साढ़े सजना वालों हरजंट सिंह जी चोटियां वाले रैंपे के लिए 200 रुपया मान भेजते हैं। गुरप्रीत अमन भरपूर बराड़ गजन वाला दोहो टीमों के लिए 100-100 रुपया मान बहुत बहुत धन्यवाद जी। पोला समालसर तो साढ़े दरम्यान पुजे हुए सज्जन उन्होंने इतने पहुँचने स्पोर्ट्स क्लब वालों जी आया जी। ममने 100 रुपया सोहन सिंह होंगकोंग गंसा पप्पू ते तार लंघियाणा ममने के लिए 100 रुपये का मान धन्यवाद जी। हाँ जी बहुत सारे मान साढ़े प्रवासी वीर कर रहे ने इन्हां खिडारियों के लो सामने खेड मैदान दे विच पाई हुई कबड्डी चार जाफी सामने खेड मैदान दे विच कुक्के दी पाई हुई कबड्डी और चार जाफी निखरे ने पर साधु सिंह जी बराड़ साहब फैसला कर रहे ने कि खेड मैदान दे विच पॉइंट धावी दे हिस्से दे विच जुड़दा होया। हैलो सुखदेव सिंह जी समालसर इत्थे पहुंचे ने स्पोर्ट्स क्लब वालों जी आया जी धन्यवाद जी। रिंपा डोली भाईवाला जिन्ने जफे लाउंदा दो राजू साढ़े बैठे ने आस्ट्रेलिया दे विच कहिंदे भी 500-500 रुपया असाने देना अपने बोझे दे विच आओ धन्नवाद करिए। कि पासे जिंदा कनेडा दे विच कुकी साडा वीर कनेडा दे विच बैठा बड़े मान कर रहा लो सबरे खेड मैदान दे विच ककने दी पाई हुई कबड्डी दूसरे पासे फिर उइयो मुन्ना मेरे वीरो खेड मैदान दे विच लो सबरे लग गया जफा और बड़ी सोहनी खेड कीती। कि पासे बठिंडे दी टीम है चल भी भलवाना पा कबड्डी साढ़े हरजीत क्लब कनेडा दे खेड प्रमोटर गुरमीत गिल जी मंडवाला उन्होंने नाल गुलजार सिंह जी संधू प्रधान गुरद्वारा कमेटी और गुरमेल सिंह जी सद्दा सिंह वाला ये सारे साढ़े वीर आए ने बहुत बहुत धन्यवाद जी। जी आया सारों इतने जमा करा दो काका बल्ली जी और मिंटू जी उन्होंने वालों एक 100 रुपया बठिंडे के जाफी दे मुन्ने के लिए विशेष तौर पर पुजिया लाओ बहाउन की धरती का पहलवान सबने खेड मैदान दे विच पाउदा होया कबड्डी चार जाफिया दे विचों इक कन्नी जस्से ने लई है नाल कीपा पोदर की धरती का लाओ सामने फिर देखना भी खेड मैदान दे विच सोहनी खेड की नौजवान ने पॉइंट स्वामी शंकरापुरी अकैडमी साधु वाले दे हिस्से दे विच जोड़दा होया गुरप्रीत सहजी लेखे जोखे करता होया अगली कबड्डी खेड मैदान दे विच माइक बेअंत जी। सरदार लखवीर सिंह जी यूएसए वालों का सन्मान चिन्ह डॉक्टर जसपाल सिंह जी आके लैन जिथे भी आवास होंगे ने उस स्टेज के सामने आ जाए डॉक्टर जसपाल सिंह जी लखवीर सिंह का सन्मान चिन्ह दिता जाएगा यूएसए वाले धन्यवाद जी। लो सामने के पास निका मोर नहीं मिलो ठीक है जी गरमपाल सिद्धू का पिंड है लंडे की बसंत इंडस्ट्री वाले जे इतने पहुंचे तो साढ़े प्रधान जी का संपर्क कर बसंत इंडस्ट्री ड्रोली भाई वाले उन्होंने 10,000 रुपया साढ़े टूरनामेंट कमेटी को भेजे है जो साथी इतने है तो साढ़े प्रधान गुरमेल जी सिंह संपर्क कर धन्यवाद जी। लक्ष्मण काली वह भी थले पहुंचे लक्ष्मण काली साढ़े मास्टर जी संपर्क करे लक्ष्मण काली। हाँ जी लक्ष्मण सिंह जी कल कला मास्टर सरदार गुरमेल सिंह जी प्रधान साहब उन्होंने मिलन आके थले
लो सामने भीम फरोजपुरिया डीएवी क्लब बठिंडा का बहुत वधिया बेहतरीन धावी और दूसरे पास निक्का बोरनी लंडेकिया की धरती का जिथों का इकबाल सिंह काला सोहनी कबड्डी खेलता आओ सामने खेल मैदान के बिल्कुल कहते भी लग्या होया जोर और जफा सामने इस नौजवान ने पॉइंट अपनी टीम के हिस्से जोर दिता। लाओ ममने की अगली पैंती हुई कबड्डी बोच बोच पब तरदा भी तैनू नशा जवानी का दोष कोई नहीं तेरा दोष तेरी अख मस्तानी का। लाओ सामने खेल मैदान फिर देखना भी बिल्कुल नौजवान आओ सामने गिल है आलूपुरिया जिस नौजवान ने पूरे जोश के नाल पूरे होश के नाल जफा ला दिता। लाओ सामने मंजिल तय की। हाँ जी गुरप्रीत सिंह अमनदीप सिंह भरपूर सिंह ब्राड यूएसए वाले 100 रुपए का मान मेरे लिए देके गए ने बहुत बहुत धन्यवाद सारे भरावां दा शुक्रिया जी। हाँ जी बहुत बहुत धन्यवाद करते हैं आपां साडे सत्कारयोग दानी सज्जणां दा 50,000 बंदा बैठा आसे पासे झाकदा अज पता लग जाना पालिया खाधी हुई खुराक का एक पासे निक्का लंडेकियां दी धरती दा और दूसरे पासे पलवान आओ सामने बठिंडे वाला पॉइंट लैके वापस मुड़ता होया खेल मैदान दे विच नाल ही साडे अजीत दे पत्रकार अमृत भेखा जी जिन्हां नूं कि साडे पत्रकार सीनियर पत्रकार ने साधु राम जी लंगियाणा कृपा करके अमृत भेखा जी जेकर इत्थे पहुंचे तां साडे नाल इत्थे स्टेज दे उपर संपर्क करन। अमृत भेखा जी अजीत दे पत्रकार जी लो सामने खेल मैदान दे विच उड़ जिहड़ी कौड़ी पै चुकी है आओ सामने देखना उन्हें खेल मैदान के जोबंदी पाई हुई कबड्डी है शहीदा पिंड सरौजवान का आओ सामने श्री तरन तारण साहब की धरती है आओ सामने कि अमृतसर वल जांदे हो रही हो जाना गुरुद्वारे जी। लाओ अगली कबड्डी खेल मैदान के महाउण वाले सामने धावी दी आओ सुखविंदर सिंह राजवान बिल्कुल अपनी मंजिल तय करता होया चार जाफिया दे विचों देखना केड़ा हुण छीणी मां दा शेर पुत। लाओ देखना फिर खेड मैदान दे विच बद के हौसला करके पूतरिया सान सिंगा तो फड़ के जफा लाही जांदे ने चंगे कोच सियाने मापे जीन दा ढंग सिखा ही जांदे ने। लाओ खेड मैदान दे विच कबड्डी जोबन नौजवान दी पै रही है चार जाफिया दे विचों देखना लखा मेर सिंह वाले दा दो साल कहते भी कनेडा के मैदान सोहनी खेड खेडी नौजवान ने। हाँ जी सरदार गुरमीत सिंह जी गिल मंडवाला साढ़े खेड प्रमोटर इतने पुजे ने साधु वाले की समुची टीम के लिए 500 रुपया स्पैशल नाम भेजते ने गुरमीत गिल जी मंडवाला हरजीत एडमिंटन स्पोर्ट्स क्लब वाले बहुत बहुत धन्यवाद जी। गुरमीत सिंह जी मंड साहब साढ़े विशेष तौर पर पुजे ने नाल साढ़े सेवी नाथे वाली अपने समय का मशहूर कबड्डी का खिलाड़ी गुरसेवक सिंह जी गोला और मोना लीला वाला जिस वीर ने कदे लिखिया कि माड़ा खेड़ के खिलाड़ी हुंदा तकड़ा जा कोई तकड़ा नहीं सीधा जम दिंदा रातों रात जेड़ा बन फिरे स्टार वो बंदा रहिंदा नहीं किसे कम दा। लीला वाला मोना गल सच लिखदा कि हौली हौली बंदा पौड़ी चढ़नी सीखदा हौली हौली बंदा पौड़ी चढ़नी सीखदा। सूर घूरी का बिल्ला सामने खेल मैदान के बठिंडे वालों पाउंदा होया कबड्डी ममने दे लई भी 500 रुपया और रिंपे दे लई भी राजू आस्ट्रेलिया वाला कहता भी जिन्ने पॉइंट लेंदे ने ये गभरू नौजवान है उन्हें 500 के नोट इन्होंने खिडारियों के लिए ने। हाँ जी एक मिनट जी साढ़े जिहड़े उपर बैठे ने कमेटी मैंबर उन्हां नूं बेनती है कैशियर भरपूर सिंह जी चार लफाफे टीमों का पार्टिसिपेट जो उन्हां दा इनाम है वह कृपा करके चार लफाफे थले भेज दिओ जी बहुत बहुत धन्यवाद जी। डीएवी कॉलेज बठिंडे के पॉइंट ने 16.5 स्वामी शंकरापुरी क्लब साधु वाले के पॉइंट ने पूरे दर्शक वीरों 17 ताड़ियां मार दे एक बारी दोहां टीमों के लिए सिर्फ अद्धे पॉइंट के उत्ते जिहड़ा मैच चलता होया 1,000 रुपया हरेक जफे ते जेकर रैंपा जफा लाउंदा साडे वीर हरजिंदर जिंदा जी
ਉਹ ਦੇਣਗੇ ਮਾਣ ਸਨਮਾਨ। लक्ष्मण काली जो अपने समय का बहुत ही प्रसिद्ध रेडर रहा, उन्होंने आर्थिक सहायता दी जा रही है। काका मल्ली ते मिंटू मल्ली वालों मैं दोनों साथियों का धन्यवाद करता, लक्ष्मण काली वालों भी बहुत बहुत धन्यवाद उन्हों का। हाँ जी, साढ़े छोटे भी त्रिलोचन सिंह जी भाई पत्ती वाले जिन्ना ममले ममना पॉइंट लगेगा जी फौजगा जिन्ने ममना भाई पत्ती वाला जीता सिंह बिजली वाले का लड़का जिन्ने पॉइंट लगेगा हरेक पॉइंट से 100 रुपया सिद्धार्थ त्रिलोचन सिंह वालों दिता जाएगा जी। राजू वालों जो नेक सिंह का फौजी का लड़का उस वालों भी ते साड़ा जो राजू कमेटी मैंबर उस वालों भी कि 500 रुपया हरेक जफे का जी हरेक रेट से। हैलो रघबीर, साड़ा कमेटी मैंबर स्टेज पर पहुंचे जी, रघबीर कमेटी मैंबर स्टेज पर रिपोर्ट करे। हरजिंदर जिंदा जी साढ़े विदेशों के बैठे उन्हें साढ़े वीर बड़े मान कर रहे ने। हैलो साढ़े निका मोरनी लंडेके वाले खिडारी दे लई राणा लंडेके कहिंदा वी जिन्ने भी पॉइंट लवेगा हरेक पॉइंट का 500 रुपया मान होगा लंडेके वाले निके दे लई। नाल साडा वीर जिंदा कहिंदा भी 1500 रुपया हो गया रिंपे दे जफे दे उत्ते, 100 रुपया बोला तो खुश होके मान कर रहे ने। कुलदीप सिंह जी ते कुलजीत सिंह जी 100 रुपये का मान कर रहे ने। 100 रुपया ममने के लिए मान सन्मान पूजा लै भी फड़ी नौजवाना ममने का मान सन्मान खेड मैदान के आओ सामने। नाल ही अगलिया टीमों को बेनती करा जल्दी तो जल्दी अपनी तैयारी खिंच लैन। आ गया खिडारी, देखो खिंच के तैयारियां मेहनत के नाल किवें बाडिया शिगारियां लगना मैदान में जोर अड्डी चोटी का कौडी तो हीरा बन जाए जिन्हों लग जाए इश्क कबड्डी का। लाओ सामने दो नंबर तो सामने देखते हैं भी लगता हुआ जफा खेड मैदान। आओ सामने पूरे तकनीक दे नाल पाला एक पासे दूसरे पासे आ देखना भी नौजवान है बहुत ही सोहना लगता हुआ जफा खेड मैदान दे विच बाबा नी जवानी है तेरा भी जवाब ने। कुकी कनेडा वाले कहंदे ने टोरंटो वाले कि 100 रुपया मेरे पिंड के जिन्हें भी खिडारी जफे ला रहे ने उन्होंने लिए बड़े मान ने। रिंपे ड्रोली भाई दे हर जफे ते हरजिंदर जिंदे वालों 1500 रुपया होगा जेकर यह नौजवान जफा लावेगा। एक पासे आ नौजवान भूंदड़ वाला आशके जावा नौजवान तेरी खेड दे लग सामने खेड मैदान दे विच पाई हुई अगली कबड्डी। अगलिया दो ही टीमां जल्दी तो जल्दी खेड मैदान दे लागे पुजन। लग सामने बठिंडे वाला खेड मैदान दे विच सोहनी खेड करता हुआ एक पासे बसंत भलूर की धरती का। लग सामने फिर देखना भी पाला नौजवान पूरी कोशिश करता हुआ खेड मैदान दे विच। तेजा मल्ली इकबाल मुसाफर इन्हां दोहो सज्जणां वालों ममना डरोली भाई वाला जिन्हें भी पॉइंट लवेगा हरेक पॉइंट का 100 रुपया स्पैशल नाम होगा। सरदार गुरमीत सिंह जी गिल मंड वाले खेड प्रमोटर रजेंद्र वैली साधु वाले की समुची टीम लिए 1000 रुपए का स्पैशल मान भेज गए ने। गुरमीत सिंह जी गिल मंड वाला साडे खेड प्रमोटर सज्जन बहुत धन्यवाद जी। लखवीर सिंह जी कोमल साडे जिन्होंने काफ़ी किताबा लिखिया राइटर वीर कबड्डी नाल बड़िया मानयोग शख्सियत लखवीर सिंह जी कोमल आलम वाले तो वह भी आए ने जी। आए जी स्पोर्ट्स क्लब वालों बहुत बहुत धन्यवाद जी। गिंदर सिंह बराड़ वड्डे घर वाले उन्होंने इतने पहुँचते स्पोर्ट्स क्लब डोली भाई वालों उन्होंने हार्दिक धन्यवाद। उन्होंने वालों 10,000 रुपये की राशि स्वर्गवासी सरदार गुरदेव याद में वो साढ़े स्पोर्ट्स क्लब में पहुंची है। सो मैं गिंदर सिंह बराड़ उन्हों का उन्होंने समुचे परिवार का स्पोर्ट्स क्लब वालों बहुत बहुत ऋणी है कि जिन्होंने
वर्गवासी सरदार गुरदेव सिंह की याद में समर्पित 10,000 रुपये की राशि स्पोर्ट्स क्लब को दे के उन्होंने इतने हाजरी लवाई है। एक बार फिर सरदार गिंदर सिंह बराड़ का स्पोर्ट क्लब वालों बहुत बहुत धन्यवाद जी। नाल दी नाल साढ़े वास्तु गुरमेल सिंह जी विशेष तौर पर आए हुए सारे दर्शक वीर का धन्यवाद कर रहे हैं। पॉइंट कि पास जी दसिया जी सतगुरु सिंह जी बराड़ साहब ठीक है जी। हैलो पॉइंट बठिंडे का। हाँ जी बेंत जी किरण पंधेर सोसण वालों ममने 100 रुपए का स्पैशल नाम बहुत बहुत धन्यवाद जी। सरदार गुलजार सिंह जी संधु गुरद्वारा प्रबंधक कमेटी के प्रधान डगरू वाले वो भी इतने पहुंचे ने जी। हाँ जी बहुत बहुत धन्यवाद जी। 100 रुपया हरजिंदर जिंदे वालों मेरे भीरो गगन दे लई विशेष तौर पर पुज चुकिया। जिन्हें भी पॉइंट लेंदे ने साढ़े रोली भाई के खिलाड़ी उन्होंने लिए बड़े मान किए जा रहे हैं। हरजिंदर जिंद